ਇੱਧਰ ਜਾਂਦੇ ਹਾਂ ਅਸੀਂ ਭੱਖਰ ਵਾਲੇ ਪਾਸੇ, ਅਤੇ ਬੇਟੇ ਭੱਖਰ ਦੇ ਰਸਤੇ 'ਚ ਇੱਕ ਸ਼ੇਰ ਸ਼ਹਿਰ ਆਉਂਦਾ ਮਨਕੇਰਾ। ਆ ਮਨਕੇਰੇ ਸ਼ਹਿਰ ਦਾ ਸੱਚਾ ਵਾਕਿਆ, ਉਹ ਮਾਂ ਨੇ ਪੁੱਤਰ ਨੂੰ ਕਿਸੇ ਗੱਲ ਤੋਂ ਡੱਕਿਆ, ਉਹ ਖੈਰ ਉਹ ਨਾ ਡੱਕਿਆ ਗਿਆ, ਬਾਜ਼ ਨਾ ਆਇਆ, ਉਹ ਸਾਹਮਣੇ ਕੁਹਾੜੀ ਪਈ ਸੀ, ਉਸ ਬਦਬਖਤ ਲਾਂਤੀ ਨੇ ਕੁਹਾੜੀ ਚੁੱਕ ਕੇ ਸਿੱਧੀ ਮਾਂ ਦੇ ਮੂੰਹ 'ਤੇ ਮਾਰਤੀ। ਉਹ ਮਾਂ ਉੱਥੇ ਹੀ ਖੂਨ ਅੰਦਰ ਲੱਤਪੱਤ ਹੋ ਗਈ। ਉਹਨੂੰ ਹਾਸਪਿਟਲ ਲੈ ਕੇ ਜਾ ਰਹੇ ਨੇ ਅਤੇ ਕਿਸੇ ਦੱਸਣ ਵਾਲਿਆਂ ਦੱਸਿਆ, ਮਾਈ ਉਹ ਤੇਰੇ ਬੱਚੇ ਨੂੰ ਤਾਂ ਪੁਲਿਸ ਫੜ ਕੇ ਲੈ ਚੱਲੀ ਹੈ, ਪਰਚਾ ਕੱਟਣ ਲੱਗੀ ਹੈ। ਅਤੇ ਉਹ ਖੂਨ ਅੰਦਰ ਲੱਤਪੱਤ, ਆਪਣੇ ਆਖਰੀ ਸਮਝ ਪਤਾ ਕੀ ਕਹਿੰਦੀ ਹੈ, ਜਵਾਨੋ ਦਰਾ ਤਵੱਜੋ ਕਰਿਓ, ਕਹਿਣ ਲੱਗੀ ਪੁਲਿਸ ਵਾਲਿਆਂ ਨੂੰ ਛੇਤੀ ਜਾ ਕੇ ਮੇਰੀ ਰਿਪੋਰਟ ਦੇ ਦਿਉ, ਮੇਰਾ ਬਿਆਨ ਦੇ ਦਿਉ, ਮੈਂ ਆਪਣੇ ਪੁੱਤਰ ਨੂੰ ਮਾਫ਼ ਕਰ ਦਿੱਤਾ। ਅਤੇ ਆਖਰੀ ਜੁਮਲਾ ਮਾਂ ਦਾ ਪਤਾ ਕੀ ਸੀ, ਮੇਰੇ ਪੁੱਤਰ ਦਾ ਖਿਆਲ ਰੱਖਿਆ ਜੇ, ਮੇਰਾ ਪੁੱਤਰ ਬੜਾ ਜਜ਼ਬਾਤੀ ਹੈ ਅਤੇ ਮੇਰੇ ਪੁੱਤਰ ਨੂੰ ਰੋਟੀ ਟਾਈਮ ਸਿਰ ਦਿਆ ਜੇ। ਜਿਸ ਮਾਂ ਨੂੰ ਘੂਰ ਘੂਰ ਕੇ ਵਹਿਨਾ, ਜਿਸ ਬਾਪ ਨੂੰ ਘੂਰ ਘੂਰ ਕੇ ਵਹਿਨਾ, ਬੇਟਾ ਇਹ ਕਿੰਨੀ ਕਿੰਨਾ ਦੀ ਜ਼ਿੰਦਗੀ ਰਹਿ ਗਈ ਹੈ। ਇਹਨਾਂ ਨੂੰ ਆਪਣੇ ਘਰਾਂ 'ਚ ਬਾਦਸ਼ਾਹਾਂ ਨਾ ਬਹੁਤੀ ਜ਼ਿੰਦਗੀ ਦਵੋ। ਦੋ ਟਕੇ ਦੇ ਯਾਰ ਦੇ ਪਿੱਛੇ ਲੱਗ ਕੇ ਮਾਂ ਅੱਗੇ ਬਦਜ਼ਬਾਨੀ ਕਰਨਾ, ਮਾਂ ਅੱਗੇ ਝੂਠ ਬੋਲਣਾ, ਤੇਰੀ ਮਾਂ ਘਰ 'ਚ ਡੀਕਦੀ ਰਹਿੰਦੀ ਹੈ। ਔਰ ਮੇਰਾ ਬੇਟਾ ਤੂੰ ਯਾਰਾਂ ਪਿੱਛੇ ਲੱਗ ਕੇ ਮਾਂ ਨੂੰ ਦੁਖੀ ਕੀਤਾ ਹੀ, ਸਭ ਤੋਂ ਵੱਡੀ ਪੀਰ ਤਾਂ ਤੇਰੀ ਮਾਂ ਏ, ਉਹ ਸਭ ਨਾਲੋਂ ਵੱਡਾ ਪੀਰ ਤਾਂ ਤੇਰਾ ਬਾਪ ਏ ਜਿਹੜਾ ਪੰਜ ਟਾਈਮ ਦੀ ਨਮਾਜ਼ ਪੜ੍ਹਦਾ। ਬਾਪ ਨਾਲ ਵੱਡਾ ਵੀ ਕੋਈ ਪੀਰ ਏ, ਬਾਪ ਨਾਲੋਂ ਵੱਡਾ ਵੀ ਕੋਈ ਰੱਬ ਦਾ ਵਲੀ ਏ। ਜਿਨ੍ਹਾਂ ਭੈਣਾਂ ਨੂੰ ਗੰਦੀਆਂ ਗਾਲਾਂ ਕੱਢਣਾ, ਜਿਨ੍ਹਾਂ ਭੈਣਾਂ ਨੂੰ ਘੂਰ ਕੇ ਵਹਿਣਾ, ਉਹ ਬਦਬਖਤਾ ਪਰਦੇ ਵਾਲੀ ਗੈਰਤ ਵਾਲੀ ਭੈਣ ਨਾਲੋਂ ਵੱਡਾ ਵੀ ਕੋਈ ਪੀਰ ਹੁੰਦਾ। ਇਹ ਪ੍ਰਾਹੁਣੀਆਂ ਨੇ ਪੁੱਤਰ, ਇਹਨਾਂ ਨੇ ਮੁੜ ਪਤਾ ਨਹੀਂ ਕੀ ਉਹਨਾਂ ਦੇ ਨਸੀਬ ਨੇ, ਕਿਵੇਂ ਉਹਨਾਂ ਨੇ ਜ਼ਿੰਦਗੀ ਗੁਜ਼ਾਰਨੀ ਹੈ। ਕਲਾਸ ਕੇ ਦੇ ਬਾਸੀਓ, ਮੈਂ ਤੁਹਾਨੂੰ ਅੱਲਾਹ ਦਾ ਵਾਸਤਾ ਦੇ ਕੇ ਕਹਿੰਦਾ, ਭੈਣਾਂ ਦੇ ਜਜ਼ਬਾਤ ਮਜਰੂਹ ਨਾ ਕਰਿਆ ਕਰੋ, ਭੈਣਾਂ ਦੇ ਗਿਰੇਬਾਨ ਨਾ ਫੜਿਆ ਕਰੋ, ਭੈਣਾਂ ਨੂੰ ਗਾਲ ਨਹੀਂ ਕੱਢੀ ਦੀ, ਭੈਣਾਂ ਦੇ ਹੱਕ ਨਹੀਂ ਮਾਰੀ ਦੇ। ਅੱਲਾਹ ਦਾ ਵਾਸਤਾ ਜੇ, ਆਪਣੇ ਘਰਾਂ ਦੇ ਅੰਦਰ ਆਪਣੀਆਂ ਭੈਣਾਂ ਨੂੰ ਸ਼ਹਿਜ਼ਾਦੀਆਂ ਦੀ ਤਰ੍ਹਾਂ ਰੱਖੋ, ਜੰਨਤੀ ਮਹਿਮਾਨਾਂ ਦੀ ਤਰ੍ਹਾਂ ਰੱਖੋ। ਤੈਨੂੰ ਨਹੀਂ ਪਤਾ ਤੇਰੇ ਚਿਹਰੇ ਦੀ ਮੁਸਕਰਾਹਟ ਵੇਖ ਕੇ ਤੇਰੀ ਭੈਣ ਦੀ ਪਿਆਸ ਵੀ ਬੁੱਝ ਜਾਂਦੀ ਹੈ, ਭੁੱਖ ਵੀ ਬੁੱਝ ਜਾਂਦੀ ਹੈ, ਥਕਾਵਟ ਵੀ ਉਤਰ ਜਾਂਦੀ ਹੈ, ਪਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ। ਆਪਣੇ ਘਰਾਂ ਦੇ ਮਾਹੌਲ ਬਿਹਤਰ ਕਰੋ, ਘਰ ਵਿਗੜ ਜਾਏ ਪੂਰਾ ਮੁਆਸ਼ਰਾ ਵਿਗੜ ਜਾਂਦਾ, ਪੂਰਾ ਸ਼ਹਿਰ ਵਿਗੜ ਜਾਂਦਾ। ਔਰ ਇਸ ਵਕਤ ਵਿਗਾੜ ਦੀ ਸਭ ਨਾਲੋਂ ਬੜੀ ਵਜ੍ਹਾ ਇਹ ਵੇ ਕਿ ਸਾਡੇ ਘਰਾਂ ਦੇ ਮਾਹੌਲ ਇਸਲਾਮੀ ਨਹੀਂ ਰਹਿ, ਸਾਡੇ ਘਰਾਂ ਦੇ ਅੰਦਰ ਉਹ ਮੁਹੱਬਤ ਨਹੀਂ ਰਹੀ, ਉਲਫਤ ਨਹੀਂ ਰਹੀ, ਉਹ ਤਰਬੀਅਤ ਨਹੀਂ ਰਹੀ, ਉਹ ਈਮਾਨ ਇਸਲਾਮ ਦੀ ਖੁਸ਼ਬੂ ਨਹੀਂ ਰਹੀ।